ਹਾਂਜੀ ਬੇਟਾ ਆਪਣੇ ਪਹਿਲੇ 4 ਚੈਪਟਰ ਨੇ ਜਿਹੜੇ ਵਸਤੂ ਨਿਸ਼ਟ ਪ੍ਰੇਸ਼ਨ ਦੇ ਉਹ ਕੰਪਲੀਟ ਹੋ ਚੁੱਕੇ ਨੇ ਹੁਣ ਆਪਾਂ 5ਵਾਂ ਚੈਪਟਰ ਕਰਦੇ ਹਾਂ ਸ਼ਬਦ ਬੋਧ ਠੀਕ ਹੈ ਵਿਆਕਰਨ ਅਨੁਸਾਰ ਸ਼ਬਦ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ 8 ਕਿਸਮਾਂ ਦੇ ਹੁੰਦੇ ਹਨ ਕਿਹੜੇ-ਕਿਹੜੇ ਹੁੰਦੇ ਨੇ ਜਿਵੇਂ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਬਿਸਮਿਕ ਠੀਕ ਹੈ ਇਹ 8 ਪ੍ਰਕਾਰ ਦੇ ਹੁੰਦੇ ਨੇ ਇਹ ਜਿੰਨਾ ਸ਼ਬਦਾਂ ਰਾਹੀਂ ਅਸੀਂ ਕਿਸੇ ਚੀਜ਼ਾਂ ਅਸੀਂ ਚੀਜ਼ਾਂ ਮਨੁੱਖਾਂ ਤੇ ਥਾਵਾਂ ਦਾ ਨਾਮ ਲੈਂਦੇ ਹਾਂ ਉਹਨਾਂ ਨੂੰ ਕੀ ਕਹਿੰਦੇ ਹਨ ਨਾਮ ਤਿੰਨ ਨਾਮ ਸ਼ਬਦ ਲਿਖੋ ਕੋਈ ਵੀ ਲਿਖ ਸਕਦੇ ਹੋ ਤੁਸੀਂ ਜਿਵੇਂ ਪਿੰਡ ਜਰੰਦਰ ਸੂਰਜ ਚੰਡੀਗੜ ਕੋਈ ਵੀ ਠੀਕ ਹੈ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਪੰਜ ਪ੍ਰਕਾਰ ਦੇ ਹੁੰਦੇ ਹਨ ਜਿਹੜੇ ਸ਼ਬਦ ਕਿਸੇ ਸਮੂਚੀ ਜਾਤੀ ਸ਼੍ਰੇਣੀ ਜਾਂ ਜਿੰਸ ਲਈ ਵਰਤੇ ਜਾਣ ਉਹ ਸ਼ਬਦ ਉਹ ਕਿਸ ਕਿਸਮ ਦੇ ਨਾਮ ਅਖਵਾਉਂਦੇ ਹਨ ਜਰ ਨਾਮ ਦੀ ਕੋਈ ਕਿਸਮ ਇਹਦੇ ਨਾਲ ਆ ਸਕਦਾ ਹੈ অপਸ਼ਨ ਠੀਕ ਹੈ ਤਾਂ ਇਹਦਾ ਕੀ ਆਏਗਾ ਆਮ ਨਾਮ ਸ਼ਹਿਰ ਪਿੰਡ ਪਹਾੜ ਘਰ ਤੀਵੀ ਵਿਦਿਆਰਥੀ ਜਾਨਵਰ ਮਕਾਨ ਕਾਲਜ ਪੈنسਲ ਆਜੜੀ ਸ਼ਬਦ ਕਿਸ ਪ੍ਰਕਾਰ ਦੇ ਨਾਮ ਨੇ ਇਹ ਸਾਰੇ ਆਮ ਨਾਮ ਨੇ ਠੀਕ ਹੈ ਜਿਹੜੇ ਸ਼ਬਦ ਖਾਸ ਚੀਜ਼ਾਂ ਦੇ ਨਾਮ ਲੈਣ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਖਾਸ ਨਾਮ ਦਿੱਲੀ ਚੰਡੀਗੜ੍ਹ ਹਿਮਾਲਾ ਇੰਗਲੈਂਡ ਮਨਜੀਤ ਰਾਵੀ ਗੰਗਾ ਸ਼ਬਦ ਕਿਸ ਪ੍ਰਕਾਰ ਦੇ ਨਾਮ ਨੇ ਇਹ ਖਾਸ ਪ੍ਰਕਾਰ ਖਾਸ ਨਾਮ ਨੇ ਹੀ ਚਲੋ ਘਰ ਚੱਲੀਏ ਇਸ ਪ੍ਰਕਾਰ ਇਸ ਵਾਕ ਵਿੱਚ ਕਿਸ ਪ੍ਰਕਾਰ ਦੇ ਨਾਮ ਦੀ ਵਰਤੋਂ ਕੀਤੀ ਗਈ ਹੈ ਬੇਟਾ ਤੁਹਾਨੂੰ ਪੇਪਰ B ਦੇ ਵਿੱਚ ਇਸ ਪ੍ਰਕਾਰ ਦੇ ਹੀ ਪ੍ਰਸ਼ਨ ਪੁੱਛੇ ਜਾਣਗੇ ਸਿੰਪਲ ਪ੍ਰਸ਼ਨ ਹੀ ਪੁੱਛੇ ਜਾਂਦੇ ਹੈਗੇ ਠੀਕ ਹੈ ਇਸ ਪ੍ਰਕਾਰ ਦੇ ਪੁੱਛੇ ਜਾਣਗੇ ਵੀ ਚਲੋ ਘਰ ਚੱਲੀਏ ਕਿਸ ਪ੍ਰਕਾਰ ਦਾ ਨਾਮ ਹੈ ਜਾਂ ਕਿਸ ਪ੍ਰਕਾਰ ਦੇ ਵਿਸ਼ੇਸ਼ਣ ਦੀ ਵਰਤੋਂ ਕੀਤੀ ਗਈ ਠੀਕ ਹੈ ਇਸ ਕਰਕੇ ਤੁਸੀਂ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਯਾਦ ਕਰਨੇ ਨੇ ਤੇ ਸਮਝਣੇ ਨੇ ਚਲੋ ਘਰ ਚੱਲੀਏ ਕਿਸ ਪ੍ਰਕਾਰ ਦੇ ਕਿ ਵਾਕ ਵਿੱਚ ਕਿਸ ਪ੍ਰਕਾਰ ਦੇ ਨਾਮ ਦੀ ਵਰਤੋਂ ਕੀਤੀ ਗਈ ਹੈ ਆਮ ਨਾਮ ਹੈ ਠੀਕ ਹੈ ਜਿਹੜੇ ਸ਼ਬਦ ਗਿਣਨਯੋਗ ਚੀਜ਼ਾਂ ਦੇ ਸਮੂਹ ਜਾਂ ਇਕੱਠ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਇਕੱਠਵਾਚਕ ਨਾਮ ਜਮਾਤ ਕਤਾਰ ਹੁਣ ਜਮਾਤ ਆਪਾਂ ਨੂੰ ਇਹ ਤਾਂ ਨਹੀਂ ਪਤਾ ਹੈਗਾ ਜਮਾਤ ਦੇ ਵਿੱਚ ਇੱਕ ਬੱਚਾ ਬੈਠਾ ਹੈ ਕਿ ਦੋ ਬੈਠੇ ਨੇ ਕਿੰਨੇ ਕਿ ਬੈਠੇ ਨੇ ਜਮਾਤ ਜਦੋਂ ਹੈਗੀ ਹੈ ਤਾਂ ਉਹਦੇ ਵਿੱਚ 10 ਬੱਚੇ ਵੀ ਹੋ ਸਕਦੇ ਨੇ 20 ਵੀ ਹੋ ਸਕਦੇ ਨੇ 50 ਵੀ ਹੋ ਸਕਦੇ ਹਨ ਠੀਕ ਹੈ ਕਤਾਰ ਕਤਾਰ ਲਾਈਨ ਠੀਕ ਹੈ ਟਾਣੀ ਉਹਦੇ ਵਿੱਚ 5-7 ਵੀ ਹੋ ਸਕਦੇ ਹਨ ਟੋਲੀ ਗਰੁੱਪ ਝੁੰਡ ਕਮੇਟੀ ਵਗ ਵਗ ਹੁੰਦਾ ਹੈ ਜਿਵੇਂ ਮੱਝਾਂ ਗਾਈਆਂ ਦਾ ਵਗ ਠੀਕ ਹੈ ਟੀਮ ਇਜੜ ਪੇਡਾਂ ਬੱਕਰੀਆਂ ਦਾ ਹੀੜ ਭੀੜ ਪੰਚਾਇਤ ਮੇਲਾ ਇਹ ਸਭ ਕਿਸ ਪ੍ਰਕਾਰ ਦੇ ਨਾਮ ਨੇ ਇਕੱਠ ਵਾਚਕ ਨਾਮ ਨੇ ਠੀਕ ਹੈ ਨੈਕਸਟ ਹੈ ਜਿਹੜੇ ਸ਼ਬਦ ਤ올ੀਆਂ ਜਾਂ ਮੀਣੀਆਂ ਜਾਂ ਸਕਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ ਉਹ ਕਿਸ ਪ੍ਰਕਾਰ ਦੇ ਨਾਮ ਹੁੰਦੇ ਨੇ ਵਸਤੂਵਾਚਕ ਨਾਮ ਠੀਕ ਹੈ ਇਹ ਸ਼ਬਦ ਬੋਧ ਦੇ ਵਿੱਚ ਬੇਟਾ ਸਾਰੇ ਆ ਜਾਣਗੇ ਠੀਕ ਹੈ ਨਾਮ ਪਰਨਾਮ ਵਿੱਚ ਕਿੰਨੇ ਪ੍ਰਕਾਰ ਦਾ ਸ਼ਬਦ ਬੋਧ ਜਿਹੜਾ 8 ਪ੍ਰਕਾਰ ਦਾ ਹੈ ਠੀਕ ਹੈ ਤਾਂ ਇਸ ਦੇ ਵਿੱਚ ਜਿਹੜੇ 8 ਪ੍ਰਕਾਰ ਦੇ ਆ ਨੇ ਜਿਵੇਂ ਨਾਮ ਪਰਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਉਹ ਸਾਰਿਆਂ ਦੇ ਵਿੱਚ ਹੀ ਪ੍ਰਸ਼ਨ ਆ ਜਾਣਗੇ ਇਹਦੇ ਵਿੱਚ ਠੀਕ ਹੈ ਧਾਗਾ ਰੱਸਾ ਦੁੱਧ ਚਾਵਲ ਸ਼ੱਕਰ ਸ਼ਹਿਦ ਕਪੜਾ ਪਾਣੀ ਖੰਡ ਰੇਤ ਸ਼ਬਦ ਕਿਸ ਪ੍ਰਕਾਰ ਦੇ ਨਾਮ ਨੇ ਇਹ ਸਭ ਵਸਤੂਵਾਚਕ ਨਾਮ ਨੇ ਇਹ ਜਿਹੜੇ ਸ਼ਬਦ ਕੇਵਲ ਕਿਸੇ ਚੀਜ਼ ਲਈ ਵਰਤੇ ਜਾਣ ਉਹਨਾਂ ਚੀਜ਼ਾਂ ਲਈ ਵਰਤੇ ਜਾਣ ਜੋ ਕੇਵਲ ਮਹਿਸੂਸ ਜਾਂ ਅਨੁਭਵ ਹੀ ਕੀਤੀਆਂ ਜਾਂਦੀਆਂ ਨੇ ਜਿਵੇਂ ਦੁੱਖ ਸੁੱਖ ਖੁਸ਼ੀ ਗਮ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਿਹੜੀ ਕਿਸ ਪ੍ਰਕਾਰ ਦੇ ਨਾਮ ਨਹੀਂ ਪਾਵਾਚਕ ਨੇ ਖਟਾਸ ਮਿਠਾਸ ਦੁੱਖ ਪਿਲਤਨ ਸੁੰਦਰਤਾ ਆ ਗਏ ਬੇਟਾ ਠੀਕ ਹੈ ਇਹ ਸਾਰੀਆਂ ਮਹਿਸੂਸ ਜਾਂ ਅਨੁਭਵ ਕੀਤੀਆਂ ਜਾਣ ਵਾਲੀ ਚੀਜ਼ਾਂ ਨੇ ਜਿਵੇਂ ਜਵਾਨੀ ਪਿਆਰ ਸੇਵਾ ਸੱਚ ਬਚਪਨ ਹਾਸਾ ਹਵਾ ਝੂਠ ਸੋ ਆਪਣ ਬੁਰਾਈ ਖੁਸ਼ੀ ਪੀੜ ਇਹ ਸਭ ਕਿਸ ਪ੍ਰਕਾਰ ਦੇ ਨਾਮ ਨੇ ਇਹ ਭਾਵਚਕਾ ਨਾਮ ਨੇ ਠੀਕ ਹੈ ਇਹ ਤੁਸੀਂ ਨੇ ਯਾਦ ਕਰ ਲੈਣੇ ਨੇ ਵੀ ਇਹ ਜਿਹੜੇ ਸਿਰਫ ਕੇਵਲ ਮਹਿਸੂਸ ਤੇ ਅਨੁਭਵ ਕੀਤੇ ਜਾਣ ਵਾਲੀ ਚੀਜ਼ਾਂ ਨੇ ਉਹਨਾਂ ਨੂੰ ਕੀ ਕਾਵਾਂਗੇ ਆਪਾਂ ਭਾਵਚਕ ਨਾਮ ਕੁੜੀਆਂ ਗੀਤ ਗਾਉਂਦੀਆਂ ਹਨ ਇਸ ਵਾਕ ਵਿੱਚ ਕਿਹੜਾ ਕਿਹੜਾ ਸ਼ਬਦ ਨਾਮ ਹੈ ਇੱਕ ਕੁੜੀਆਂ ਤੇ ਗੀਤ ਝੂਠਣਾ ਬੋਲੋ ਕਿਸ ਪ੍ਰਕਾਰ ਦਾ ਇਹਦੇ ਵਿੱਚ ਝੂਠ ਕੀ ਹੈ ਭਾਵਚਕ ਹੈ ਸਿਰਫ ਮਹਿਸੂਸ ਤੇ ਅਨੁਭਵ ਕੀਤਾ ਜਾਂਦਾ ਹੈ ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਰਤਾਇਆ ਜਾਂਦਾ ਉਹਨੂੰ ਕੀ ਕਹਿੰਦੇ ਨੇ ਪਰਨਾਮ ਹੁਣ ਪਰਨਾਮਾਂਗੇ ਪਹਿਲਾਂ ਆਪਣਾ ਨਾਮ ਨਾਲ ਸੰਬੰਧਿਤ ਆਪਰੇਸ਼ਨ ਕੀਤੇ ਨੇ ਹੁਣ ਆਪਾਂ ਪਰਨਾਮ ਦੇ ਨਾਲ ਸੰਬੰਧਿਤ ਕਰ ਰਹੇ ਹਾਂ ਆਪਰੇਸ਼ਨ ਠੀਕ ਹੈ ਮੈਂ ਤੂੰ ਉਹ ਅਸੀਂ ਤੁਸੀਂ ਆਪ ਠੀਕ ਹੈ ਕਾਲਾ ਘਟਾ ਇਹ ਸਭ ਕਿਸ ਪ੍ਰਕਾਰ ਦੇ ਨੇ ਇਹ ਕੀ ਨੇ ਸਾਰੇ ਪਰਨਾਮ ਨੇ ਇਹ ਮੈਂ ਤੂੰ ਇਹ ਉਹ ਤੁਸੀਂ ਆਪ ਠੀਕ ਹੈ ਸਭ ਇਹ ਪਰਨਾਮ ਨੇ ਪਰਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ 6 ਹੁੰਦੀਆਂ ਹਨ ਜਿਹੜੇ ਪੜਨਾਮ ਕਿਸੇ ਪੁਰਖ ਦੀ ਥਾਂ ਤੇ ਵਰਤੇ ਜਾਂਣ ਉਹਨਾਂ ਨੂੰ ਕੀ ਕਹਿੰਦੇ ਨੇ ਪੁਰਖਵਾਚਕ ਪੜਨਾ ਮੈਂ ਅਸੀਂ ਸਾਡਾ ਤੁਸੀਂ ਉਹ ਆਪ ਆਪਣੇ ਕਿਹੜੇ ਪ੍ਰਕਾਰ ਦੇ ਪੜਨਾਮ ਨੇ ਪੁਰਖਵਾਚਕ ਪੁਰਖਵਾਚਕ ਕਿੰਨੇ ਪ੍ਰਕਾਰ ਦੇ ਨੇ ਕਿ ਤਿੰਨ ਪ੍ਰਕਾਰ ਦੇ ਨੇ ਉਤਮ ਪੁਰਖ ਮੱਧਮ ਪੁਰਖ ਤੇ ਅਨਿਆ ਪੁਰਖ ਠੀਕ ਹੈ ਇਹਦੇ ਵਿੱਚ ਤੁਹਾਨੂੰ ਅੱਗੇ ਵਿਸਤਾਰਪੂਰਕੋ ਕਰਵਾਇਆ ਵੀ ਹੋਇਆ ਬੇਟਾ ਉਤਮ ਪੁਰਖ ਜਿਹਦੀ ਨਾਲ ਗੱਲ ਕੀਤੀ ਜਾ ਰਹੀ ਹੈ ਮੱਧਮ ਪੁਰਖ ਕਿਸੇ ਸੈਕੰਡ ਪਰਸਨ ਨਾਲ ਅਨਿਆ ਪੁਰਖ ਕਿਸੇ ਤੀਜੇ ਬੁਰਖ ਦੇ ਨਾਲ ਤਲਕ ਕੀਤੀ ਜਾਂਦੀ ਹੈ ਮੈਂ ਅਸੀਂ ਸਾਡਾ ਸਾਡੇ ਦਾ ਪੁਰਖ ਕਿਹੜਾ ਹੈ ਉਤਮ ਪੁਰਖ ਹੈ ਠੀਕ ਹੈ ਤੂੰ ਤੁਸੀਂ ਤੁਹਾਡਾ ਤੇਰਾ ਕਿਹੜਾ ਮੱਧਮ ਪੁਰਖ ਹੈ ਜਿਸ ਨਾਲ ਗੱਲ ਕੀਤੀ ਜਾਵੇ ਉਹ ਕਿਹੜਾ ਹੁੰਦਾ ਹੈ ਮੱਧਮ ਪੁਰਖ ਹੁੰਦਾ ਹੈ ਉਹ ਇਹ ਉਹਨਾਂ ਨੂੰ ਇਹ ਕਿਹੜਾ ਪੁਰਖ ਹੈ ਉਹ ਜਿਸ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਕਿਸੇ ਥਰਡ ਪਰਸਨ ਬਾਰੇ ਉਹ ਕੀ ਹੈ ਅਨਿਆ ਪੁਰਖ ਹੈ ਅਨਿਆ ਪੁਰਖ ਕਿਹੜਾ ਹੁੰਦਾ ਹੈ ਉਹ ਉਹਨਾਂ ਜਦੋਂ ਤੀਜੇ ਪਰਸਨ ਨਾਲ ਗੱਲ ਕੀਤੀ ਜਾਂਦੀ ਹੈ ਜਾਂ ਉਹਦੇ ਬਾਰੇ ਗੱਲ ਕੀਤੀ ਜਾਂਦੀ ਹੈ ਜਿਹੜਾ ਪ੍ਰਨਾਮ ਕਰਤਾ ਦੀ ਥਾਂ ਤੇ ਆ ਜਾਵੇ ਕਰਤਾ ਦੇ ਨਾਲ ਆ ਕੇ ਉਸੀ ਵਿਸ਼ੇਸ਼ਤਾ ਦੱਸੇ ਉਹ ਕਿਉਂ ਜਿਹਾ ਪੜਨਾਮ ਹੁੰਦਾ ਹੈ ਨਿਜਵਾਚਕ ਪੜਨਾਮ ਹੁੰਦਾ ਹੈ ਠੀਕ ਹੈ ਮੁੰਡੇ ਆਪਸ ਵਿੱਚ ਲੜਦੇ ਹਨ ਇਸ ਵਾਕ ਵਿੱਚ ਆਪਸ ਪੜਨਾਮ ਕਿਹੜੀ ਕਿਸਮ ਦਾ ਹੈ ਨਿਜਵਾਚਕ ਪੜਨਾਮ ਹੈ ਨਿਜਵਾਚਕ ਪੜਨਾਮ ਦੇ ਉਦਾਹਰਣ ਦਿਓ ਆਪ ਠੀਕ ਹੈ ਕੋਈ ਵੀ ਉਦਾਹਰਣ ਦੇ ਸਕਦਾ ਤੁਸੀਂ ਮੈਂ ਆਪ ਉੱਥੇ ਜਾਵਾਂਗਾ ਇਸ ਵਾਕ ਵਿੱਚ ਆਪ ਸ਼ਬਦ ਕੀ ਹੈ ਨਿਜਵਾਚਕ ਪੜਨਾਮ ਹੈ ਇੱਕ ਸਬੰਧਕ ਪੜਨਾਮ ਲਿਖੋ ਕੋਈ ਵੀ ਲਖ ਸਾਧਨ ਤੁਸੀਂ ਜੋ ਜਿਹੜਾ ਜਿਸ ਜਿਹੜਾ ਦੋ ਸ਼ਬਦਾਂ ਨੂੰ ਆਪ ਵਾਕਾਂ ਨੂੰ ਆਪਸ ਵਿੱਚ ਜੋੜਦਾ ਉਹ ਕੀ ਹੈ ਸੰਬੰਧਕ ਹੈ ਜਿਹੜਾ ਪ੍ਰਨਾਮ ਸ਼ਬਦ ਪੁੱਛਣ ਦਾ ਕੰਮ ਕਰੇ ਪ੍ਰਸ਼ਨ ਪੁੱਛਣ ਦਾ ਕੰਮ ਕਰੇ ਉਸ ਨੂੰ ਕੀ ਕਹਿੰਦੇ ਨੇ ਪ੍ਰਸ਼ਨਵਾਚਕ ਪੜਨਾਮ ਇੱਕ ਪ੍ਰਸ਼ਨਵਾਚਕ ਪੜਨਾਮ ਲਿਖੋ ਕੋਈ ਵੀ ਕੀ ਕਿਹੜਾ ਕਿਸ ਕੌਣ ਜਿਹਨੂੰ ਜਦੋਂ ਵਾਕ ਕੀ ਤੁਹਾਡਾ ਇੱਥੇ ਕੋਈ ਕੰਮ ਹੈ ਠੀਕ ਹੈ ਪ੍ਰਸ਼ਨਵਾਚਕ ਕਿਹੜਾ ਕੰਮ ਕਰ ਰਹੇ ਹੋ ਤੁਸੀਂ ਕੋਈ ਵੀ ਪ੍ਰਸ਼ਨ ਪੁੱਛਿਆ ਗਿਆ ਤਾਂ ਉਹ ਤੇ ਪਿੱਛੇ ਪ੍ਰਸ਼ਨਵਾਚਕ ਆ ਜਿਗਾ ਠੀਕ ਹੈ ਕੌਣ ਕਿਹੜਾ ਰੋਲਪਾਉਂਦਾ ਹੈ ਪ੍ਰਸ਼ਨਵਾਚਕ ਜਿਹੜੇ ਪ੍ਰਨਾਮ ਕਿਸੇ ਦੂਰ ਜਾਂ ਨੇੜੇ ਦੀ ਜਿਸ ਦੀ ਜਿਸੀ ਚੀਜ਼ ਵੱਲ ਇਸ਼ਾਰਾ ਕਰਦ ਕੇ ਵਰਤੇ ਜਾਣ ਉਹ ਕਿੰਦੇ ਨੇ ਨਿਸ਼ਚੇਵਾਚਕ ਨਿਸ਼ਚੇਵਾਚਕ ਉਹ ਹੁੰਦਾ ਬੇਟਾ ਜਿਸ ਚੀਜ਼ ਬਾਰੇ ਆਪਾਂ ਨੂੰ ਪੱਕੇ ਤੌਰ ਤੇ ਪਤਾ ਹੈ ਜਿਵੇਂ ਮੈਂ ਤੁਹਾਨੂੰ ਕਹਿ ਰਹੀਆਂ ਵੀ ਇਹ ਮੇਰੇ ਕੋਲ ਪੈਨਸਲ ਹੈ ਤਾਂ ਤੁਹਾਨੂੰ ਵੀ ਪਤਾ ਵੀ ਇਹ ਪੈਨਸਲ ਹੈ ਠੀਕ ਹੈ ਤਾਂ ਉਹ ਕਿਹੜਾ ਹੁੰਦਾ ਉਹ ਨਿਸ਼ਚੇਵਾਚਕ ਹੁੰਦਾ ਹੈ ਠੀਕ ਹੈ ਅਨਿਸ਼ਚੇਵਾਚਕ ਕਿਹੜਾ ਹੁੰਦਾ ਜਿਸ ਦੇ ਬਾਰੇ ਆਪਾਂ ਨੂੰ ਸਿਰਫ ਇੱਕ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਜਿਵੇਂ ਮੈਂ ਤੁਹਾਨੂੰ ਉਦਾਹਰਨ ਦਿਆਂ ਸੜਕ ਤੇ ਕੋਈ ਆ ਰਿਹਾ ਹੈ ਠੀਕ ਹੈ ਉਹ ਤੁਹਾਨੂੰ ਨਹੀਂ ਪਤਾ ਵੀ ਸੜਕ ਤੇ ਕੌਣ ਆ ਰਿਹਾ ਹੈ ਕੋਈ ਬੱਚਾ ਆ ਰਿਹਾ ਹੈ ਬਜ਼ੁਰਗ ਆ ਰਿਹਾ ਹੈ ਜਾਂ ਕੋਈ ਲੇਡੀ ਆ ਰਹੀ ਹੈ ਜਾਂ ਜੈਂਟਸ ਆ ਰਿਹਾ ਕੁਝ ਨਹੀਂ ਪਤਾ ਸਿਰਫ ਇਹ ਪਤਾ ਵੀ ਉਹ ਕੋਈ ਆ ਰਿਹਾ ਹੈ ਠੀਕ ਹੈ ਤਾਂ ਉਹ ਕਿਹੜਾ ਅਨਿਸ਼ਚੇ ਵਾਚਕ ਉਹਦੇ ਬਾਰੇ ਆਪਾਂ ਨੂੰ ਪੱਕਾ ਪਤਾ ਨਹੀਂ ਹੈਗਾ ਠੀਕ ਹੈ ਇੱਕ ਨਿਸ਼ਚੇ ਵਾਚਕ ਪ੍ਰਨਾਮ ਜਿਵੇਂ ਆ ਪੈਨਸਲ ਹੈ ਇਹ ਬੋਰਡ ਹੈ ਆਹਾ ਆ ਕੋਈ ਵੀ ਗਲਾਸ ਕੁਝ ਵੀ ਹੈ ਠੀਕ ਹੈ ਉਹ ਦਰਖਤ ਹੈ ਉਹ ਗੱਡੀ ਹੈ ਠੀਕ ਹੈ ਪੰਜ નિਸ਼ਚ ਅਨਿਸ਼ਚਿਤ ਸ਼ਬਦ ਲਿਖੋ ਸਰਬੱਤ ਬਾਜੇ ਕਈ ਕੁਝ ਕੋਈ ਠੀਕ ਹੈ ਇਹ ਕੀ ਨੇ ਆਪਣੇ ਅਨਿਸ਼ਚਿਤ ਪੜਨਾਮ ਨੇ ਮੇਰਾ ਸਾਡਾ ਤੁਹਾਡਾ ਤੁਹਾਨੂੰ ਸ਼ਬਦ ਕਿਹੜੇ ਪੜਨਾਮ ਸ਼ਬਦਾਂ ਦੀ ਕਿਹੜੀ ਬਣ ਗਈ ਨਹੀਂ ਸਬੰਧਕ ਸਬੰਧ ਕੀ ਨਹੀਂ ਹੈ ਠੀਕ ਹੈ ਨੈਕਸਟ ਹੈਗਾ ਨਾਵਾਂ ਦੀ ਵਿਸ਼ੇਸ਼ਤਾ ਗੁਣ ਔਗਣ ਜਾਂ ਮਿੰਤੀ ਦੱਸਣ ਵਾਲੇ ਸ਼ਬਦ ਕੀ ਹੁੰਦੇ ਹਨ ਵਿਸ਼ੇਸ਼ਣ ਹੁੰਦੇ ਹਨ ਚੁੰਨੀ ਦਾ ਰੰਗ ਪੀਲਾ ਹੈ ਇਸ ਵਾਕ ਵਿੱਚ ਵਿਸ਼ੇਸ਼ਣ ਕਿਹੜਾ ਵਰਤਿਆ ਗਿਆ ਹੈ ਪੀਲਾ ਇਹ ਕਿਹ ਅ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ ਚੁੰਨੀ ਦੇ ਰੰਗ ਦੀ ਠੀਕ ਹੈ ਲੜਕਾ ਅੱਜ ਗੈਰ ਹਾਜ਼ਰ ਹੈ ਵਾਕ ਵਿੱਚ ਕਿਹੜੀ ਕਿਸਮ ਦੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ ਗੁਣਵਾਚਕ ਦੀ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਪੰਜ ਪ੍ਰਕਾਰ ਦੇ ਹੁੰਦੇ ਹਨ ਫੁੱਲ ਬਹੁਤ ਸੋਹਣਾ ਹੈ ਇਸ ਦੇ ਵਿੱਚ ਕੀ ਹੈ ਸੋਹਣਾ ਸੋਹਣਾ ਕੀ ਗੁਣਵਾਚਕ ਫੁੱਲ ਦੀ ਵਿਸ਼ੇਸ਼ਤਾ ਦੱਸੀ ਗਈ ਹੈ ਚਿੱਟਾ ਕਾਲਾ ਛੋਟਾ ਸੋਹਣਾ ਸੁਰੀਲਾ ਸਾਫ਼ ਕਿਸ ਪ੍ਰਕਾਰ ਦੇ ਵਿਸ਼ੇਸ਼ਣ ਨੇ ਗੁਣਵਾਚਕ ਨੇ ਕੋਟ ਦੀ ਜੇਬ ਵਿੱਚ 100 ਰੁਪਏ ਹਨ ਠੀਕ ਹੈ ਕਿਹੜਾ ਹੈ ਸੰਖਿਆਵਾਚਕ ਪੰਜਾਂ ਦੇ ਪੰਜ ਲੜਕੇ ਪਾਸ ਹੋਏ ਪੰਜ ਗਿਣਤੀ ਦੇ ਵਿੱਚ ਆ ਗਏ ਸੰਖਿਆਕ ਕਈ ਕੁਝ ਸਾਰੇ ਕਿਸ ਪ੍ਰਕਾਰ ਦੇ ਵਿਸ਼ੇਸ਼ਣ ਨੇ ਸੰਖਿਆਵਾਚਕ ਮੈਨੂੰ ਕਿਲੋ ਪਰ ਦੁੱਧ ਚਾਹੀਦਾ ਹੈ ਪਰਿਮਾਨਵਾਚਕ ਜਿਸ ਦੇ ਵਿੱਚ ਮਾਪ ਤੋਲ ਵਾਲੀਆਂ ਚੀਜ਼ਾਂ ਗਿਣੀਆਂ ਜਾ ਸਕਣ ਗਿਣੀਆਂ ਜਾਂ ਮਿਣੀਆਂ ਜਾ ਸਕਣ ਉਹ ਦਰਖਤ ਸਾਡੀ ਹਵੇਲੀ ਵਿੱਚ ਹੈ ਦੇਖੋ ਪੱਕਾ ਪਤਾ ਨਾ ਹੁਣ ਵੀ ਉਹ ਦਰਖਤ ਹੈ ਜਿਹੜਾ ਉਹ ਸਾਡੀ ਹਵੇਲੀ ਦੇ ਵਿੱਚ ਹੈ ਕਹੇ ਕਿ ਇਹ ਨਿਸ਼ਚੈ ਵਾਚਕ ਹੈ ਮੈਨੂੰ ਚੁਟਕੀ ਕੁ ਲੂਣ ਦਿਓ ਠੀਕ ਹੈ ਪਰਮਾਨਵਾਚਕ ਇਹਦੇ ਵਿੱਚ ਚੁਟਕੀ ਕੁ ਲੂਣ ਠੀਕ ਹੈ ਜਿਹਦੇ ਵਿੱਚ ਮਾਪ ਤੋਲਣੀਆ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਮੇਰਾ ਭਰਾ ਹਾਕੀ ਖੇਡਦਾ ਹੈ ਕੀ ਇਹਦੇ ਵਿੱਚ ਪੜਨਾਵੀ ਵਿਸ਼ੇਸ਼ਣ ਸਾਰਥਕ ਸ਼ਬਦਾਂ ਦੇ ਕਿੰਨੇ ਭੇਦ ਹੁੰਦੇ ਹਨ 8 ਹੁੰਦੇ ਹਨ ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣ ਕਰਨ ਜਾਂ ਵਾਪਰਨ ਆਦ ਦਾ ਕਾਲ ਸਹਿਤ ਪ੍ਰਗਟ ਕਰਨ ਉਹਨਾਂ ਨੂੰ ਕੀ ਕਹਿੰਦੇ ਹਨ ਕਿਰਿਆ ਕਹਿੰਦੇ ਹਨ ਇਹ ਆਪਣੇ 54 ਅਪਰੇਸ਼ਨ ਹੋ ਚੁੱਕੇ ਨੇ ਬੇਟਾ ਬਾਕੀ ਹੋ ਰਹੇ ਨੇ ਵਸਤੂ ਨਿਸਤੁਪਰੇਸ਼ਨ ਠੀਕ ਹੈ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ